A1 ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਨਵਜੋਤ ਕੋਲ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਰਾਜਨੀਤਿਕ ਸਮਾਜ ਸੇਵਾ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਜਲੰਧਰ ਦੇ ਪਿੰਡ ਲੱਲੀਆਂ ਵਿਖੇ ਜਿੱਥੇ ਅਸੀਂ ਤੁਹਾਡੀ ਮੁਲਾਕਾਤ ਅੱਜ ਬਹੁਤ ਹੀ ਵਧੀਆ ਸ਼ਖਸੀਅਤ ਜੋ ਕਿ ਸੋਸ਼ਲ ਸਰਵਿਸ ਕਰ ਰਹੇ ਨੇ ਸਰਦਾਰ Pritam Singh ji ਦੇ ਨਾਲ ਕਰਵਾ ਰਹੇ ਹਾਂ ਤੇ ਆਓ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਬਾਰੇ ਮੇਰਾ ਪਿੰਡ ਜਿਹੜਾ ਆ ਮੇਰੀ ਜੰਮਣ ਪੁਆ ਤੇ ਮੈਂ ਆਪਣੇ ਪਿੰਡ ਨੂੰ ਅੱਗੇ ਲਿਜਾਣ ਲਈ ਐਜ਼ ਏ ਟੀਚਰ ਅਧਿਆਪਕ ਹੋਣ ਦੇ ਨਾਤੇ ਆਪਣੀ ਡਿਊਟੀ ਜਿਹੜੀ ਆ ਸਮਾਜ ਪ੍ਰਤੀ ਇਸ ਧਰਮ ਪ੍ਰਤੀ ਰਾਜਨੀਤੀ ਪ੍ਰਤੀ ਜਿਹੜਾ ਆ ਉਹ ਉਹ ਆਪਣਾ ਜੀਵਨ ਜਿਹੜਾ ਆ ਰਿਟਾਇਰਮੈਂਟ ਤੋਂ ਬਾਅਦ ਮੈਂ ਅਰਪਣ ਕਰਤਾ ਆ ਉਹ ਆਪਣੇ ਪਿੰਡ ਚ ਹਰਿਆਵਲ ਲਾਉਣਾ ਆ ਪ੍ਰਦੂਸ਼ਣ ਰਹਿਤ ਕਰਨ ਲਈ ਤੇ ਮੈਂ ਪਿੰਡ ਦੀ ਇਸਾਰੀ ਲਈ ਜਿਹੜਾ ਆ ਉਹ ਸਕੂਲਾਂ 'ਚ ਜਿਹੜਾ ਆ ਉਹ ਬੱਚਿਆਂ ਨੂੰ ਵਰਦੀਆਂ ਵੰਡਣੀਆਂ ਹੋਣ ਜਾਂ ਖੇਡ ਦੇ ਮੈਦਾਨ ਬਣਾਉਣੇ ਹੋਣ ਉਹ ਗਰਾਊਂਡਾਂ ਬਣਾ ਕੇ ਦਿਨਾ ਆ ਤੇ ਆਪਣੇ ਪਿੰਡ 'ਚ ਜਿਹੜੇ ਆ ਹਰ ਸਾਲ ਮੈਂ 200 ਦੇ ਲਗਭਗ ਬੂਟੇ ਲਾ ਕੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਖੁਦ ਹੀ ਮਤਲਬ ਪਾਣੀ ਵਗੈਰਾ ਵੀ ਆਪੇ ਦਿਨਾ ਆ ਤੇ ਉਹਨਾਂ ਦੀ ਰਖਵਾਲੀ ਕਰਕੇ ਜਿਹੜਾ ਉਹਨਾਂ ਨੂੰ ਪਾਲਦਾ ਆ ਜੀ ਬਹੁਤ ਵਧੀਆ ਤੇ ਸਰ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਨੇ ਮੈਂ ਇਸ ਵੇਲੇ ਇਥੇ ਘਰ ਚ ਤਾਂ ਇਕੱਲਾ ਰਹਿਣਾ ਹੈ ਮੇਰੀ ਵਾਈਫ ਜਿਹੜੀ ਹੈ 6 April ਨੂੰ ਐਕਸਪਾਇਰ ਹੋ ਗਈ ਤੇ ਮੇਰੇ ਬੱਚੇ ਜਿਹੜੇ ਉਹ ਕੈਨੇਡਾ ਟੋਰਾਂਟੋ ਚ ਮੇਰੀ ਬੇਟੀ ਤੇ ਬੇਟਾ ਤੇ ਪੋਤੇ ਤੇ ਪੋਤੀ ਤੇ ਦੋਤੇ ਤੇ ਦੋਤੀ ਹਨ ਜੋ ਮੈਨੂੰ ਹਰ ਵੇਲੇ ਦੇਖਦੇ ਵੀ ਰਹਿੰਦੇ ਮੈਂ ਇਥੇ ਕੈਮਰਿਆਂ ਰਾਹੀਂ ਵੀ ਜਾਂ ਨੈਟ ਰਾਹੀਂ ਵੀ ਤੇ ਮੈਨੂੰ ਬਹੁਤ ਕਹਿੰਦੇ ਰਹਿੰਦੇ ਆ ਡੈਡੀ ਸਾਡੇ ਕੋ ਆ ਜਾਓ ਪਰ ਮੇਰੀ ਭਾਵਨਾ ਇਹ ਕਿ ਮੈਂ ਜਿਸ ਧਰਤੀ ਤੇ ਜੰਮਿਆ ਪਲਿਆ ਆ ਉਹ ਧਰਤੀ ਮੇਰੇ ਸੂਰਬੀਰ ਬਹਾਦਰਾਂ ਜੋਧਿਆਂ ਦੀ ਧਰਤੀ ਆ ਮੇਰੇ ਗੁਰੂਆਂ ਦੀ ਧਰਤੀ ਆ ਮੈਂ ਉਸ ਧਰਤੀ ਦਾ ਜੋ ਦੇਣਾ ਹੈ ਉਹ ਆਪਣੇ ਜੀਵਨ ਰਾਈ ਆਖਰੀ ਸਮੇਂ ਚ ਇਸ ਜੀਵਨ ਨੂੰ ਜਿਹੜਾ ਸਮਾਜ ਨੂੰ ਮੈਂ ਬਹੁਤ ਵਾਰ ਸੇਵਾ ਕਰ ਜਾ ਉਹੀ ਮੇਰਾ ਵੱਡਾ ਜਿਹੜਾ ਆ ਜੀਵਨ ਦਾ ਨਿਸ਼ਾਨਾ ਆ ਸੋ ਮੈਂ ਇਸ ਲਈ ਤਦੇ ਵੱਧ ਤੋਂ ਵੱਧ ਟਾਈਮ ਜਿਹੜਾ ਆਪਣੇ ਪੰਜਾਬ ਚ ਰਹਿਣਾ ਆ ਔਰ ਪੰਜਾਬ ਦੇ ਸਕੂਲਾਂ ਦੇ education ਲਈ ਸਿਹਾਰਨ ਲਈ ਉਹਨਾਂ ਚ ਤਬਦੀਲੀ ਲਿਆਉਣ ਲਈ ਉਹਨਾਂ ਦੀਆਂ ਅਸੈਂਬਲੀਆਂ ਚ ਜਾ ਕੇ ਬੱਚਿਆਂ ਨਾਲ ਉਹਨਾਂ ਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਜਿਹੜੀ ਗੱਲ ਸਾਂਝੀ ਕਰਦਾ ਆ ਇਹ ਮੇਰਾ ਮਾਟੋ ਆ ਇੱਕ ਲਕਸ਼ਿਆ ਤੇ ਜੰਗ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਉਹਨਾਂ ਲਈ ਗਰਾਊਂਡ ਆ ਉਪਲਬਧ ਕਰਦੇ ਆ ਜਿਸ ਤਰ੍ਹਾਂ ਅਸੀਂ ਹੁਣ ਪਿੰਡ ਚ ਜਿਮ ਬਣਾ ਰਹੇ ਆ ਗੁਰੂ ਘਰ ਦੀ ਰਸੋਈ ਬਣਾ ਰਹੇ ਆ ਤਾਂ ਕਿ ਉਹ ਮੇਰੇ ਆਉਣ ਵਾਲੀ ਪੀੜੀ ਦੇ ਨੇਸ਼ਨ ਦੇ ਕੰਮ ਆਵੇ ਕੌਮ ਦੇ ਕੰਮ ਆਵੇ ਜਿਹੜਾ ਮੇਰਾ ਆਉਣ ਵਾਲਾ ਭਵਿੱਖ ਜਿਹੜਾ ਉਜਲ ਹੋਵੇ ਇਹ ਮੇਰਾ ਨਿਸ਼ਾਨਾ ਆ ਤੇ ਘਰ 'ਚ ਮੈਂ ਆਪਣੀ ਲਾਇਬ੍ਰੇਰੀ ਇੱਕ ਵੱਡੀ ਸਾਰੀ ਬਣਾਈ ਹੋਈ ਆ ਜਿਹਦੀ ਮੈਂ ਐਜੂਕੇਸ਼ਨ ਜਿਹੜਾ 4-5 ਘੰਟੇ ਰੋਜ਼ਾਨਾ ਪੜ੍ਹਦਾ ਆ ਤੇ ਸਵੇਰ ਨੂੰ ਮੈਂ ਆਪਣੀਆਂ ਅਜੀਤ ਤੇ ਟ੍ਰਿਬੂਨ ਦੀ ਜਿਹੜੀ ਅਖਬਾਰ ਨੂੰ ਪੜ੍ਹਦਾ ਆ ਫਿਰ ਮੈਂ ਗੁਰਦੁਆਰੇ ਜਾ ਕੇ ਜਿਹੜੀ ਆਲੇ ਦੁਆਲੇ ਕੋਈ ਚੀਜ਼ ਸਫਾਈ ਕਰਨ ਵਾਲੀ ਹੁੰਦੀ ਆ ਜਾਂ ਕੋਈ ਬਣਾਉਣੀ ਹੁੰਦੀ ਆ ਉਹਦੇ ਲਈ ਆਮ ਆਪਣੇ ਜਿਹੜੇ ਸਾਥੀਆਂ ਨਾਲ ਗੱਲਬਾਤ ਕਰਦਾ ਰਹਿਣਾ ਆ ਇਹ ਮੇਰਾ ਇੱਕ ਮਾਟੋ ਆ ਤੇ ਮੈਂ ਆਪਣੇ ਗੁਰਦੁਆਰੇ ਦਾ ਜਿਹੜਾ ਇੱਕ ਪ੍ਰਚਾਰਕ ਦੇ ਤੌਰ ਤੇ ਪ੍ਰਬੰਧਕ ਕਮੇਟੀ ਦਾ ਸਕੱਤਰ ਦੇ ਤੌਰ ਤੇ ਕੰਮ ਕਰਦਾ ਆ ਜੋ ਵੀ ਮੇਰਾ ਦਿਨ ਆਉਂਦਾ ਉਸ ਵੇਲੇ ਮੈਂ ਸੰਗਰਾਦ ਨੂੰ ਜਾਂ ਉਸ ਦਿਨ ਤੇ ਆਪਣਾ ਜਿਹੜਾ ਉੱਥੇ ਸੰਗਤ ਨਾਲ ਸੰਬੋਧਨ ਹੁੰਨਾ ਹੈ ਕੋਈ ਵੀ ਵਿਸ਼ਾ ਲੈ ਕੇ ਕੋਈ ਵੀ ਸਬਜੈਕਟ ਲੈ ਕੇ ਉਹਦੇ ਵਿੱਚ ਮੈਂ ਬੱਚਿਆਂ ਨੂੰ ਦਾਜ ਦੇਹਰ ਤੇ ਐਜੂਕੇਸ਼ਨ ਤੇ ਸੇ ਸਵਾਵਾ ਦੇ ਵਿਸ਼ੇ ਵੀ ਛੋਣਾ ਆ ਤੇ ਬਾਬਾ ਨਾਨਕ ਤੇ ਦਸ਼ਮੇਸ਼ ਪਿਤਾ ਜਾਂ ਗੁਰੂਆਂ ਦੀ ਬਾਣੀ ਜਿਹੜੀ ਆ ਜੋ ਉਸ ਵਿਰਸੇ ਨਾਲ ਅਮਲੀ ਤੌਰ ਤੇ ਜੋਣ ਦੀ ਗੱਲ ਕਰਦਾ ਆ ਬਖਾਵੇ ਦੇ ਤੌਰ ਤੇ ਨਹੀਂ ਜੋ ਮੇਰੇ ਬਾਬੇ ਨੇ ਕਿਹਾ ਕਿਰਤ ਕਰੋ ਵੰਡ ਕੇ ਛਕੋ ਤੇ ਨਾਮ ਜਪੋ ਦਾ ਆਦੇਸ਼ ਦੇ ਕੇ ਗਏ ਉਹ ਤੇ ਅਮਲ ਕਰਨ ਦੀ ਸਾਨੂੰ ਲੋੜ ਹੈ ਜਿਸ ਤਰ੍ਹਾਂ ਪ੍ਰਦੂਸ਼ਣ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸਿੰਸਰ ਪਾਣ ਤੇ ਸੁਣ ਤੱਕ ਹੀ ਆਪਣੇ ਬਾਬਾ ਨਾਨਕ ਦੀ ਬਾਣੀ ਨੂੰ ਜਿਹੜਾ ਸਮਝਿਆ ਪਰ ਉਹ ਅਮਲ ਚ ਲਿਆਉਣ ਦੀ ਲੋੜ ਹੈ ਅੱਜ ਮੇਰੇ ਸਮਾਜ ਚ ਜੋ ਨਘਾਰਾ ਹੈ ਜੋ ਮੇਰੇ ਨੌਜਵਾਨਾਂ ਚ ਨਸ਼ਿਆਂ ਦਾ ਜਿਹੜਾ ਬੋਲ ਵਾਲਾ ਇਸ ਪ੍ਰਬੰਧ ਨਹੀਂ ਕੀਤਾ ਹੋਇਆ ਆ ਤੇ ਜੋ ਮੇਰੇ ਪ੍ਰਦੂਸ਼ਣ ਜਿਹੜਾ ਹੈ ਮੇਰੀ ਆਉਣ ਵਾਲੀ ਨੇਸ਼ਨ ਨੂੰ ਖਾ ਰਿਹਾ ਹੈ ਬਿਮਾਰੀਆਂ ਨਾਲ ਜਿਹੜੀ ਕਿ ਐਜੂਕੇਸ਼ਨ ਤੋਂ ਮੇਰਾ ਮਨੁੱਖ ਬਾਂਝਾ ਰਹਿ ਰਿਹਾ ਆ ਉਹਦੇ ਲਈ ਮੈਂ ਵਾਅਦਾ ਤੋਂ ਵਾਅਦਾ ਇਹੀ ਸੋਚਦਾ ਰਹਿਣਾ ਵੀ ਇਹਨਾਂ ਨੂੰ ਐਜੂਕੇਸ਼ਨ ਮਿਲੇ ਇਹਨਾਂ ਨੂੰ ਤਾਜੀ ਹਵਾ ਮਿਲੇ ਮੇਰੇ ਬੱਚਿਆਂ ਨੂੰ ਖੇਡਦੇ ਮੈਦਾਨ ਮੈਂ ਇਹ ਮੇਰਾ ਮੁੱਖ ਲਕਸ਼ ਰਹਿਦਾ ਆ ਉਹ ਵਧੀਆ ਗੱਲ ਆ ਸਰ ਤੇ ਸਰ ਤੁਸੀਂ ਧੀਆਂ ਲਈ ਆਪਣੇ ਪਿੰਡ ਰੀਆਂ ਧੀਆਂ ਲਈ ਕੀ ਕਰ ਰਹੇ ਹੋ ਹਾਂ ਧੀਆਂ ਲਈ ਮੈਂ ਉਹਨਾਂ ਨੂੰ ਇਸ ਤਰ੍ਹਾਂ ਟੰਬਦਾ ਰਹਿਣਾ ਬੱਚੀਓ ਤੁਸੀਂ ਐਜੂਕੇਸ਼ਨ ਪਹਿਲਾਂ ਲੈਣੀ ਆ ਤੁਹਾਡਾ ਐਜੂਕੇਸ਼ਨ ਦਾ ਆਧਾਰ ਬਣ ਗਿਆ ਤੁਸੀਂ ਇਸ ਸਮਾਜ ਦੇ ਇੱਕ ਵਧੀਆ ਅੰਗ ਬਣ ਜਾਊਂਗੀਆਂ ਫਿਰ ਮੈਂ ਉਹਨਾਂ ਦੇ ਗੀਤ ਵੀ ਗਾਉਂਦਾ ਰਹਿਣਾ ਆ 3ਆਂ ਦੇ ਆਬਾਬ ਲਾ ਓਏ ਪੱਤ ਦੀ ਜ਼ਗੀਰ ਨਾਲ ਖਾਲੀ ਪੱਲੇ ਹੋਣਾ ਨਹੀਂ ਵਪਾਰ ਹੋਏ ਪੂੰਜੀ ਪਤੀ ਜੁਗ ਵਿੱਚ ਮੂੰਹ ਚ ਹੱਡ ਦਿੱਤੇ ਬਿਨਾਂ ਲੋਕਾਂ ਨੂੰ ਆਉਣਾ ਨਹੀਂ ਢਕਾਰ ਵੇ ਇਹ ਸੰਤਰਾ ਅਦਾਸੀ ਦੀਆਂ ਲੈਣਾ ਮੈਂ ਯਾਦ ਕਰਕੇ ਸਟੇਜ ਤੇ ਵੀ ਆਮ ਸਾਂਝੀਆਂ ਕਰਦਾ ਰਹਿਣਾ ਆ ਮੇਰੀਆਂ 3 ਜਿਹੜੀਆਂ ਅੱਜ ਠੀਕ ਐਜੂਕੇਸ਼ਨ ਨੇ ਉਹਨਾਂ ਨੂੰ ਅੱਗੇ ਲਿਆਂਦਾ ਉਹਨਾਂ ਦੀ ਸਟਰਗਲ ਨੇ ਉਹਨਾਂ ਨੂੰ ਆਪਣੀ ਜੀਵਨ ਬਾਰੇ ਦੱਸਿਆ ਅੱਜ ਮੇਰੀਆਂ 3 ਬਾਊਂਡਰ ਤੇ ਪਲੀਜ਼ ਜਾਂ ਹਰ ਮੈਚ ਵਿੱਚ ਕਿਤੇ ਵੀ ਅਦਾਰੇ ਵਿੱਚ ਮੀਡੀਆ ਵਿੱਚ ਅੱਗੇ ਆ ਕੇ ਉਹ ਬਰਾਬਰ ਦੀ ਧਿਰ ਬਣ ਗਈਆਂ ਜਿਹੜੀਆਂ ਕਿ ਇਹ ਪੈਰ ਦੀ ਜੁੱਤੀ ਸਮਝਿਆ ਜਾਂਦਾ ਜਾਂ ਉਹਨਾਂ ਨੂੰ ਲਤਾੜਿਆ ਤੇ ਦਰਕਾਰਿਆ ਜਾਂਦਾ ਜਾਂ ਉਹਨਾਂ ਨੂੰ ਜਨਮ ਤੋਂ ਹੀ ਜਿਹੜਾ ਇਹ ਪ੍ਰਵੰਧ ਜਿਹੜਾ ਆ ਉਹੋ ਮੈਂਗਸ ਜਿਹੜਾ ਦਾਜ ਦੇਹਜ ਕਰਕੇ ਜਾਂ ਲਾਲਚੀ ਰਿਸ਼ਤੇਦਾਰ ਕਰਕੇ ਉਹ ਵੱਡੀਆਂ ਗੱਡੀਆਂ ਜਾਂ ਹੋਰ ਕੁਝ ਮੰਗਦੇ ਆ ਸੋ ਇਸ ਪ੍ਰਵੰਧ ਦੀ ਦੇਣ ਆ ਜਿੱਚ ਅਸੀਂ ਜੀ ਰਹੇ ਇਹਨੂੰ ਅਸੀਂ ਤੈਸ ਨੈਸ਼ ਕਰਨਾ ਬਰਾਬਰ ਦੇ ਸਮਾਜ ਲਈ ਜੋ ਮੇਰੇ ਭਗਤ ਸਰਾਬਿਆਂ ਨੇ ਆਪਣੀਆਂ ਹੁੱਤੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਹ ਤੇ ਅਮਲ ਕਰਨ ਦੀ ਲੋੜ ਆ ਬਾਬਾ ਨਾਨਕ ਦੇਵ ਜੀ ਕਹੇ ਸੋ ਕਿਉ ਮੰਦਾ ਆਖੀਏ ਜਜ ਮੇਰ ਜਾਨ ਜੇ ਦੀ ਕੋ ਕਿਉਂ ਸੂਰਵੀਰ ਬਹਾਦਰ ਜੋਦੇ ਜਨਮ ਲੈਂਦੇ ਆ ਉਹ ਤਾਂ ਜਗ ਜਨਨੀ ਆ ਉਹ ਸਮਾਜ ਦਾ ਮੁੱਖ ਅੰਗ ਆ ਅੱਜ ਉਹਨਾਂ ਨੂੰ ਅਸੀਂ ਬਰਾਬਰ ਦੀਆਂ ਇਸ ਪ੍ਰਵੰਧ ਨੇ ਨਹੀਂ ਕੀਤਾ ਤਾਂ ਉਹ ਹੋਣਗੇ ਆਪਣੀਆਂ এডਿਕੇਸ਼ਨ ਨਾਲ ਬਹੁਤ ਵਧੀਆ ਲੱਗਾ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਸੀਂ ਯੂਥ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਯੂਥ ਲਈ ਤਾਂ ਮੇਰਾ ਅੱਜ ਇਹੀ ਸੁਨੇਹਾ ਆ ਵੀ ਤੁਸੀਂ ਵੱਧ ਤੋਂ ਵੱਧ ਮਿਹਨਤੀ ਬਣੋ ਤੇ এডਿਕੇਸ਼ਨ ਗ੍ਰੈਂਡ ਕਰੋ ਤੇ ਨਾਲ ਤੁਹਾਡੀ ਸਿਹਤ ਸਵਾਵਾ অতি ਜ਼ਰੂਰੀ ਆ ਇਹ ਨਾ ਵੀ ਤੁਸੀਂ ਮਾਪਿਆਂ ਨੂੰ ਕਹੋ ਵੀ ਸਾਨੂੰ ਬਾਹਰ ਭੇਜ ਦਿਓ ਠੀਕ ਹੈ ਬਾਹਰ ਵੀ ਤੁਹਾਡੇ ਜੰਗ ਲਈ ਕੰਮ ਹੈ ਇੱਥੇ ਵੀ ਕੰਮ ਆ ਪਰ ਤੁਸੀਂ ਆਪਣੇ ਆਪ ਨੂੰ ਇਸ ਧਰਤੀ ਨਾਲ ਜੋੜੋ ਜਿਹੜੀ ਮੇਰੀ ਧਰਤੀ ਜੋਧਿਆਂ ਦੀ ਸੂਰਵੇਰਾਂ ਦੀ ਗੁਰੂਆਂ ਦੀ ਧਰਤੀ ਆ ਭਗਤ ਸਰਾਬਿਆਂ ਦੀ ਧਰਤੀ ਆ ਇਹਨੂੰ ਤੁਸੀਂ ਇਸ ਤਰ੍ਹਾਂ ਨਾ ਛੱਡ ਕੇ ਜਾਓ ਅੱਜ ਲੱਖਾਂ ਦੀ ਗਿਣਤੀ 'ਚ ਮੇਰੇ ਬੱਚੇ ਜਿਹੜੇ ਇੱਥੋਂ ਨਰਾਸ਼ ਹੋ ਕੇ ਬੇਰਜ਼ਗਾਰੀ ਦੇ ਮਾਰੇ ਹੋਏ ਜਿਹੜੇ ਆ ਉਹ ਇੱਥੋਂ ਭੱਜ ਰਹੇ ਆ ਤੇ ਉੱਥੇ ਜਾ ਕੇ ਮੈਂ ਵੇਖਦਾ ਆ ਉਹ ਤਕਰੀਬਨ ਦੇਖਦਾ ਕਿ ਇੱਕ ਤਰ੍ਹਾਂ ੱੱਕੇ ਖਾਣ ਵਾਲੀ ਗੱਲ ਆ ਉਹ ਅਸੀਂ ਹਰ ਪਾਸਿਆਂ ਲੁੱਟੇ ਜਾਂਦੇ ਆ 18-20 ਲੱਖ 30 ਲੱਖ ਰੁਪਈਆ ਵੀ ਲੱਗਦਾ ਤੇ ਜੰਗ ਸਾਡੇ ਉੱਥੇ ਜਾ ਕੇ ਉਹਨਾਂ ਦੇ ਨੌਕਰ ਹੋ ਕੇ ਘੱਟ ਪੈਸਿਆਂ ਤੇ ਕੰਮ ਕਰਦੇ ਆ ਤੇ ਉਹ ਉੱਥੇ ਠੀਕ ਹੈ ਇੱਥੇ ਦਾ ਪ੍ਰਬੰਧ ਸਾਨੂੰ ਬਰਾਬਰਤਾ ਨਹੀਂ ਦਿੰਦਾ ਉਹ ਚੰਗੀ ਲਾਈਫ ਲਈ ਦੌੜ ਭੱਜ ਕਰਦੇ ਆ ਜੇ ਮੇਰਾ ਇਹ ਪ੍ਰਬੰਧ ਉਹਨਾਂ ਨੂੰ ਨੌਕਰੀਆਂ ਦੇਵੇ ਜਿਹੜੀਆਂ ਲੱਖਾਂ ਨੌਕਰੀਆਂ ਖਾਲੀ ਪਈਆਂ ਉਹ ਇੱਥੇ ਬਹੁਤ ਵਧੀਆ ਮੇਰੇ ਸਮਾਜ ਦੀ ਦੇਸ਼ ਦੀ ਮੇਰੇ ਕੌਮ ਦੀ ਮੇਰੇ ਇਸ ਵਤਨ ਦੀ ਜਿਹੜੀ ਹੈ ਮੇਰਾ ਭਾਰਤ ਦੇਸ਼ ਮਹਾਨ ਹੈ ਉਹਦੀ ਸੇਵਾ ਕਰ ਸਕਦੇ ਆ ਸੋ ਇਹ ਸਾਰਾ ਪ੍ਰਵੰਧ ਦੀ ਦੇਣ ਆ ਸੋ ਆਓ ਮੇਰੀ ਜਵਾਨੀਓ ਨਸ਼ਿਆਂ ਤੋਂ ਰਹਿਤ ਹੋਈਏ ਸਿਹਤਮੰਦ ਬਣੀਏ ਤੇ ਸਮਾਜ ਦੀ ਸੇਵਾ ਕਰੀਏ ਇਹਦੀ ਚੀਜ਼ ਜੀਵਨ ਸਾਡਾ ਆ ਇਹ ਚੋਂ ਹੀ ਆਉਟਪੁੱਟ ਹੋਣੀ ਆ ਇਹਦੀ ਚ ਸਾਨੂੰ ਕੁਝ ਬਲੱਖਣਤਾ ਮਿਲਣੀ ਆ ਬਹੁਤ ਵਧੀਆ ਲੱਗਾ ਸਰਦੇ ਨਾਲ ਗੱਲਬਾਤ ਕਰ ਰਹੀ ਸੀ ਗੱਲਬਾਤ ਕਰ ਰਹੀ ਸੀ ਸਰਦਾਰ ਪ੍ਰੀਤਮ ਸਿੰਘ ਜੀ ਦੇ ਨਾਲ ਜ਼ਿਲ੍ਹਾ ਜਲੰਧਰ ਦੇ ਪਿੰਡ ਲੱਲੀਆਂ ਵਿਖੇ ਤੇ ਜੋ ਕਿ ਉਹਨਾਂ ਨੇ ਬਹੁਤ ਵਧੀਆ ਉਪਦੇਸ਼ ਦਿੱਤੇ ਸਾਨੂੰ ਤਾਂ ਬਹੁਤ ਵਧੀਆ ਲੱਗਾ ਸਰਦੇ ਨਾਲ ਗੱਲਬਾਤ ਕਰਕੇ ਤੇ ਮੈਂ ਨਿਮੋਜੋਤਕ ਔਰ ਕੈਮਰਾਮੈਨ ਅਮਰਜੀਤ ਜੀ ਦੇ ਨਾਲ